ਮੁੰਡੇ ਨੂੰ ਰੈਡੀ ਸ਼ੈਡੀ ਕਰਾ ਕੇ ਲਿਆਂਦਾ ਸਟੇਟਸ ਚੈੱਕ ਕਰੋ ਆ ਤੁਹਾਨੂੰ ਆਪੂ ਪਤਾ ਇਹ ਵਿਊ ਹੈ ਪੂਰਾ ਵੈਸੇ ਮੈਂ ਤਾਂ ਕਹਿੰਦਾ ਪੰਜੇ ਨਾਲ ਲਿਓ ਬਿਜਲੀ ਤਾਂ ਉਂਝ ਬੰਦ ਹੈ ਅਤੇ ਇੱਥੇ ਆ ਜੋ ਏ ਟੀ ਐੱਮ ਪੂਰੀ ਚਾਸ ਦਾ ਏ ਸੀ ਲੱਗੇ ਆ ਜੇ ਹੈ ਹੈਲੋ ਜੀ ਗਾਈਜ਼ ਅਸਲਾਮ ਅਲੈਕੁਮ ਕੀ ਹਾਲ ਚਾਲ ਹੈ ਠੀਕ ਠਾਕ ਹੋ ਅੱਲਾ ਪਾਕ ਦੇ ਫਜ਼ਲ ਅਤੇ ਕਰਮ ਨਾਲ ਅੱਜ ਦਾ ਵਲੌਗ ਕਰਨੇ ਅੱਜ ਸਟਾਰਟ ਅਤੇ ਜਿਨ੍ਹਾਂ ਜਿਨ੍ਹਾਂ ਦੋਸਤਾਂ ਅਜੇ ਤੱਕ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਜਲਦੀ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਮਾਰੋ ਅਤੇ ਵੀਡੀਓ ਅੱਗੇ ਦੋਸਤਾਂ ਤੱਕ ਸ਼ੇਅਰ ਕਰ ਦਿਉ ਅਤੇ ਮੇਰੀ ਤਰਫੋਂ ਤਮਾਮ ਦੋਸਤਾਂ ਨੂੰ ਅੱਜ ਈਦ ਦਾ ਦੂਸਰਾ ਦਿਨ ਮੁਬਾਰਕ ਹੋਵੇ ਨਾ ਹੋਣਾ ਲਾਨਤ ਪਾਕਿਸਤਾਨ ਦੇ ਹੁਕਮਰਾਨਾਂ ਤੇ ਲਾਨਤ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ ਕਿਉਂਕਿ ਗੱਲ ਕੁਛ ਇਸ ਤਰ੍ਹਾਂ ਹੈ ਕਿ ਬਿਜਲੀ ਕੋਈ ਨਹੀਂ ਹੈ ਤੇ ਯਾਰ ਮੇਰਾ ਪੂਰਾ ਜ਼ਲੀਲ ਹੋਇਆ ਤੇ ਕੱਲ ਵੀ ਦੀ ਜਿਹੜੀ ਈਦ ਹੈ ਜ਼ਲੀਲ ਮਾਹੌਲ ਦਾ ਨਿਕਲੀ ਹੈ ਤੇ ਹੁਣ ਤੁਹਾਨੂੰ ਦੱਸੀਏ ਹੁਣ ਬਸ ਮੁੜੇ ਨੂੰ ਰੈਡੀ ਕਰਨਾ ਕਿਰੇ ਮਾਮ ਤੂੰ ਤੇ ਰੈਡੀ ਸ਼ੈਡੀਆਂ ਨੂੰ ਕਰਾ ਕੇ ਤੇ ਮੈਂ ਮਿਲਣਾ ਇਤਨੀ ਦੇਰ ਨੂੰ ਤੁਸੀਂ ਵੇਟ ਕਰੋ ਚਲੋ ਜੀ ਹਾਂਜੀ ਗਾਈਜ਼ ਫਾਈਨਲੀ ਆ ਗਏ ਜੇ ਹੁਣ ਤੇ ਮੁੜੇ ਨੂੰ ਰੈਡੀ ਸ਼ੈਡੀ ਕਰਾ ਕੇ ਲਿਆਂਦਾ ਸਟੇਟਸ ਚੈੱਕ ਕਰੋ ਆ ਤੁਹਾਨੂੰ ਆਪੂ ਪਤਾ ਲੱਗ ਜਾਣਾ ਹਾਂ ਹੁਣ ਹੁਸ਼ ਹੈ ਲਓ ਜੀ ਹੁਣ ਆਏ ਹਾਂ ਇਹਨੂੰ ਰੈਡੀ ਸ਼ੈਡੀ ਕਰਾ ਕੇ ਲਿਆਂਦਾ ਤੇ ਬਿਜਲੀ ਵੀ ਨਾਲ ਹੀ ਆ ਗਈ ਵੇਖ ਲਓ ਤੇ ਹੁਣ ਇਨਸ਼ਾਅੱਲਾ ਅੱਲਾ ਖੈਰ ਕੀਤੀ ਤੇ ਇੱਕ ਵਾਰੀ ਹੁਣ ਫੋਟੋ ਸ਼ੂਟ ਕੱਢ ਲਈਏ ਕੋਈ ਤੇ ਫਿਰ ਇਨਸ਼ਾਅੱਲਾ ਤੁਹਾਨੂੰ ਦੁਬਾਰਾ ਮਿਲਣੇ ਆ ਸਹੀ ਹੋ ਗਿਆ ਹਾਂਜੀ ਗਾਈਜ਼ ਫਾਈਨਲੀ ਆ ਗਏ ਜੇ ਹੁਣ ਹੈ ਛੱਤ 'ਤੇ ਅਤੇ ਮੈਂ ਹੈ ਇੱਥੇ ਫੋਟੋ ਸ਼ੂਟ ਕਰੀਏ ਕੋਈ ਕਿ ਆਉਂਦੇ ਹੋ ਈਦ ਦਾ ਮੌਕਾ ਨਾ ਅਤੇ ਵਿਊ ਚੈੱਕ ਕਰੋ ਹਾਂ ਜ਼ਰਾ ਸੂਰਜ ਕਿਤਨਾ ਪਿਆਰਾ ਆ ਰਿਹਾ ਅਤੇ ਉਸ ਤੋਂ ਬਾਅਦ ਹੁਣ ਇੱਥੇ ਫੋਟੋ ਸ਼ੂਟੋ ਸ਼ੂਟ ਕਰਨੇ ਆ ਕੱਲ੍ਹ ਮੇਰਾ ਤਾਂ ਪ੍ਰੋਗਰਾਮ ਸਹੀ ਹੋ ਗਿਆ ਸੀ ਮਤਲਬ ਫੋਟੋ ਸ਼ੂਟ ਦੇ ਹਵਾਲੇ ਨਾਲ ਅਤੇ ਮਾਨੀ ਦਾ ਜਿਹੜਾ ਉਹ ਨਹੀਂ ਸਹੀ ਹੋਇਆ ਅਤੇ ਕੱਲ੍ਹ ਅਸੀਂ ਦੋਵਾਂ ਨੇ ਲਏ ਵੀ ਸੂਟ ਜਿਹੜੇ ਆ ਉਹ ਇੱਕੋ ਜਿਹੇ ਸਾਡੇ ਸੂਟ ਸੀ ਮਤਲਬ ਸੇਮ ਡਰੈਸਿੰਗ ਅਸੀਂ ਕੀਤੀ ਸੀ ਪਰ ਉਹਨਾਂ 'ਚ ਸਾਡੇ ਦੋਵਾਂ ਦੀ ਇੱਕ ਫੋਟੋ ਬਣੀ ਹੈ ਸਿਰਫ ਕਿਉਂਕਿ ਸ਼ਾਮੀ ਹਨੇਰਾ ਬੜਾ ਹੋ ਗਿਆ ਸੀ ਤਕਰੀਬਨ 7:20 'ਤੇ ਅਸੀਂ ਫੋਟੋਆਂ ਛਿੱਕਣੀਆਂ ਸ਼ੁਰੂ ਕੀਤੀਆਂ ਨੇ ਉਸ ਤੋਂ ਬਾਅਦ ਹੁਣ ਅੱਜ ਵੀ ਪ੍ਰੋਗਰਾਮ ਬਸ ਵੜਿਆ ਹੀ ਸੀ ਸਮਝ ਲਓ ਸੁਬਹਾ 8 ਵਜੇ ਦੀ ਬਿਜਲੀ ਬੰਦ ਹੋਈ ਪਈ ਹੈ ਅਤੇ ਮਸਾਂ ਫਿਰ ਵੀ ਮੁੜੇ ਨੂੰ ਅੱਜ ਰੈਡੀ ਹੋਇਆ ਵੇਖੋ ਅਤੇ ਹੁਣ ਇੱਥੇ ਫੋਟੋ ਸ਼ੂਟ ਕਰਦੇ ਹਾਂ ਅਤੇ ਇਨਸ਼ਾਅੱਲਾ ਤੁਹਾਨੂੰ ਦੱਸਣੇ ਹਾਂ ਅਤੇ ਨਾਲੇ ਮੈਂ ਤੁਹਾਨੂੰ ਇੱਥੋਂ ਆਪਣਾ ਵਿਊ ਚੈੱਕ ਕਰਾਉਂਦਾ ਆਪਣੇ ਪਿੰਡ ਦਾ ਉੱਤੋਂ ਨਜ਼ਰ ਆ ਜਿਹੜੇ ਪਰਦੇਸੀ ਭਰਾ ਨੇ ਨਾ ਮੇਰੇ ਆ ਫਰਾਂਸ ਪੈਰਿਸ UK ਉਸ ਤੋਂ ਬਾਅਦ ਸਪੇਨ ਤੋਂ ਜਿਹੜੇ ਮੁੜੇ ਮੇਰੀ ਵੀਡੀਓ ਵੇਖਦੇ ਨੇ ਸਾਰਿਆਂ ਨੂੰ ਸਲਾਮ ਹੋ ਗਿਆ ਅਤੇ ਅਮੈਰੀਕਾ ਵਾਲੇ ਤਾਂ ਖਾਸ ਨੇ ਸਾਰੇ ਸਹੀ ਹੋ ਗਿਆ ਅਤੇ ਇੱਥੋਂ ਤੁਹਾਨੂੰ ਮੈਂ ਇਨਸ਼ਾਅੱਲਾ ਨਜ਼ਾਰੇ ਬਹਾਨਾ ਅਤੇ ਚੈੱਕ ਕਰੀਏ ਹਾਂਜੀ ਗਾਈਜ਼ ਆ ਚੈੱਕ ਕਰੋ ਆ ਜ਼ਰਾ ਵਿਊ ਪੰਜਾਂ ਨਾਲ ਲਿਓ ਇਹ ਵੀ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਾ ਕਰੋ ਤਾਂ ਮਾੜੀ ਗੱਲ ਹੈ ਇਸ ਵਾਸਤੇ ਇਹੋ ਜਿਹੀਆਂ ਵੀਡੀਓ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਲਾਜ਼ਮੀ ਅਤੇ ਬੈੱਲ ਆਈਕਨ ਨੂੰ ਦਬਾ ਲਓ ਤਾਂ ਕਿ ਸਾਡੀ ਨਵੀਂ ਵੀਡੀਓ ਜਿਤਨੀਆਂ ਵੀ ਆਉਂਦੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਵੇਖ ਸਕੋ ਚੈੱਕ ਕਰੋ ਆ ਉਹ ਘਿਰੇ ਘਿਰੇ ਤੱਕ ਵਿਊ ਆ ਰਿਹਾ ਜੇ ਤੁਹਾਨੂੰ ਵਹਾਵਾਂ ਤਾਂ ਉਹ ਮੇਨ ਰੋਡ ਵੀ ਇੱਥੋਂ ਨਜ਼ਰ ਆ ਰਹੀ ਹੈ ਚੈੱਕ ਕਰੋ ਉਹ ਰੋਡ ਜਾ ਰਹੀ ਹੈ ਪਰ ਇਹ ਵਿਊ ਹੈ ਪੂਰਾ
ਤੇ ਇਹ ਗਰਾਊਂਡ ਵਾਲੀ ਸਾਈਡ ਹੈ ਸਰਕਾਰ, ਤੇ ਬਾਕੀ ਹੁਣ ਥੱਲੇ ਚੱਲੇ ਹਾਂ ਬਸ, ਵਿਊ ਤੁਹਾਨੂੰ ਵਹਾਨ ਵਾਸਤੇ ਲਿਆਂਦਾ, ਤੇ ਇਨਸ਼ਾਅੱਲਾ ਹੁਣ ਫੋਟੋ ਸ਼ੂਟ ਕਰ ਲਈਏ ਤੇ ਫਿਰ ਤੁਹਾਨੂੰ ਵਹਾਨੇ ਅਗਲਾ ਸੀਨ ਸਹੀ ਹੋ ਗਿਆ। ਹਾਂਜੀ ਗਾਈਜ਼, ਫਾਈਨਲੀ ਫੋਟੋਆਂ ਵਗੈਰਾ ਬਣਾ ਲਈਆਂ ਜੇ ਹੁਣ, ਅਤੇ ਵੀਡੀਓ ਸ਼ੀਡੀਓ ਵੀ ਬਣਾ ਲਈਏ ਟਿਕਟੋਕ ਵਾਸਤੇ। ਜੇ ਟਿਕਟੋਕ ਆਈ ਡੀ ਨਹੀਂ ਪਤਾ ਸਾਡੀ, ਤਾਂ ਮੈਂ ਪਹਿਲਾਂ ਵੀ ਕਹਿੰਦਾ ਤੁਹਾਨੂੰ ਚੌਧਰੀ ਨਮਾਨ ਸੱਕ ਲਿਖੋ ਤੇ ਟਿਕਟੋਕ ਦੇ, ਅਤੇ ਆਈ ਡੀ ਸਭ ਤੋਂ ਪਹਿਲਾਂ ਤੁਹਾਡੇ ਭਰਾ ਦੀ ਆਵੇ ਦੀ, ਸਹੀ ਹੋ ਗਿਆ। ਅਤੇ ਉੱਥੇ ਜਾ ਕੇ ਲਾਈਕ ਮਾਰੋ, ਫਾਲੋ ਕਰੋ, ਅਤੇ ਇਨਸ਼ਾਅੱਲਾ ਫਾਲੋ ਬੈਕ ਕਰਾਂਗੇ ਤੁਹਾਨੂੰ ਲਾਜ਼ਮੀ ਇਨਸ਼ਾਅੱਲਾ ਜ਼ਰੂਰ। ਅਤੇ ਬਾਕੀ ਹੁਣ ਨਿਕਲਦੇ ਹਾਂ ਕਿਰੇ, ਹਾਂ ਕਿਉਂਕਿ ਭੁੱਖ ਬਹੁਤ ਲੱਗੀ ਹੈ, ਸੁਬਹਾ ਦਾ ਸਿਰਫ ਨਾਸ਼ਤਾ ਕੀਤੇ ਆ, ਅਤੇ ਉਸ ਤੋਂ ਬਾਅਦ ਕੋਈ ਕੋਈ ਚੀਜ਼ ਸ਼ੀਜ਼ ਖਾਧੀ ਪੀਤੀ ਜਾਂ ਬੋਤਲ ਪੀਤੀ ਆ ਹਾਲੇ ਭੀੜ ਢੇਡੀ, ਅਤੇ ਹੁਣ ਇਨਸ਼ਾਅੱਲਾ ਕਿਤੇ ਚੱਲਦੇ ਹਾਂ, ਜਾ ਕੇ ਖਾਂਦੇ ਪੀਂਦੇ ਹਾਂ, ਅਤੇ ਨਾਲ ਹੀ ਤੁਹਾਨੂੰ ਵੀ ਆਪਣੇ ਆਪਣੇ ਨਾਲ ਇੰਜੋਏ ਕਰਵਾਉਂਦੇ ਹਾਂ। ਅਤੇ ਦੁਬਾਰਾ ਮੈਂ ਕਹਿ ਰਿਹਾ, ਜਿਨ੍ਹਾਂ ਜਿਨ੍ਹਾਂ ਦੋਸਤਾਂ ਜੇ ਤੱਕ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਤਾਂ ਜਲਦੀ ਜਲਦੀ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਇਸ ਤਰ੍ਹਾਂ ਦੀਆਂ ਮਜ਼ੇਦਾਰ ਵੀਡੀਓ ਤੁਹਾਨੂੰ ਵੇਖਣ ਨੂੰ ਲੱਭਣ ਦੀਆਂ ਇਨਸ਼ਾਅੱਲਾ। ਹਾਂਜੀ ਗਾਇਜ਼, ਫਾਈਨਲੀ ਹੁਣ ਆ ਗਏ ਏ ਟੀ ਐਮ ਵਿੱਚ, ਅਤੇ ਵੇਖੋ ਮੁੰਡਾ ਹੁਣ ਕਾਰਡ ਸ਼ਾਰਡ ਮਾਰਨ ਲੱਗ ਪਿਆ। ਵੈਸੇ ਮੈਂ ਤਾਂ ਕਹਿੰਦਾ ਪੰਜੇ ਨਾਲ ਲਿਓ, ਬਿਜਲੀ ਤਾਂ ਉਂਝ ਬੰਦ ਹੈ, ਅਤੇ ਇੱਥੇ ਆ ਜਾਓ ਏ ਟੀ ਐਮ, ਪੂਰੀ ਚਾਸ ਦਾ ਏ ਸੀ ਲੱਗੇ ਆ ਜੇ, ਹੈ ਇੱਥੇ ਵੀ ਸਕੂਨ ਮਾਹੌਲ ਹੈ। ਕੈਸ਼ ਕੁਸ਼ ਕਢਾਓ ਯਾਰ, ਯਮਨ ਨੂੰ ਈਦ ਵੀ ਦੇਣੀ ਸੀ ਮੈਨੂੰ, ਹਜੇ ਤੱਕ ਈਦ ਕੁਛ ਆਈ ਦੇਣ ਲੱਗਾ ਹੁਣ ਏ ਟੀ ਐਮ ਵਿੱਚ ਪੈਸੇ ਸ਼ਾਸੇ ਕਢਵਾਉਂਦਾ ਹੈ। ਹਾਂਜੀ ਗਾਇਜ਼, ਫਾਈਨਲੀ ਆ ਗਿਆ ਜੀ ਏ ਟੀ ਐਮ ਚੋਂ ਪੈਸੇ ਕਢਾ ਕੇ, ਤੇ ਪੈਸੇ ਈਦ ਸ਼ੀਦ ਜਿਹੜੀ ਦਿੱਤੀ ਸੀ ਉਹਦੇ ਵਿੱਚ ਹੁਣ ਕਹਿੰਦਾ ਰੋਟੀ ਖਵਾ ਲੈ, ਵੇਖ ਲਓ ਇਹਦੇ ਕੰਮ। ਤੇ ਵੇਖੋ ਅਮਰ ਰੈਸਟੋਰੈਂਟ ਤੇ ਆਏ ਆ, ਤੇ ਹੁਣ ਖਾਣਾ ਛਾਣਾ ਖਾ ਕੇ ਤੇ ਇੱਕ ਨਿਕਲਣਾ ਕਿਰੇ, ਉਹ ਤੁਹਾਨੂੰ ਮੈਂ ਬਾਅਦ ਹੀ ਦੱਸਦਾ। ਹਾਂਜੀ ਗਾਇਜ਼, ਫਾਈਨਲੀ ਖਾਣਾ ਛਾਣਾ ਉਸ ਟਾਈਮ ਖਾਧਾ ਜੇ, ਅਤੇ ਉਸ ਤੋਂ ਬਾਅਦ ਇੱਕ ਕੰਮ ਆ ਗਿਆ ਹੈ ਜੇ, ਅਤੇ ਤਾਂ ਵਾਸਤੇ ਵਲੋਗ ਸ਼ਾਗ ਕੋਈ ਨਹੀਂ ਬਣਾਇਆ, ਅਤੇ ਹੁਣ ਇੱਥੋਂ ਆਏ ਜੇ, ਮੈਂ ਕੁਛ ਚੀਜ਼ ਸ਼ੀਜ਼ ਖਾਈ, ਰੋਟੀ ਜਿਹੜੀ ਉਹ ਹਜ਼ਮ ਹੋ ਗਈ ਹੈ, ਅਤੇ ਮੁੜੇ ਹਰਨ ਮਾਰਨ ਲੱਗੇ ਨੇ ਗੱਡੀਆਂ ਦੇ, ਚੈੱਕ ਕਰੋ ਆ ਗੁਜਰਾਤ ਆਇਆ ਹੈ ਜੇ, ਅਤੇ ਹੁਣ ਇੱਥੋਂ ਵਾਪਸ ਚੱਲੇ ਹਾਂ, ਅਤੇ ਇਨਸ਼ਾਅੱਲਾ ਇਹ ਹੀ ਵਲੋਗ ਹੈ ਜਿਹੜਾ ਉਹ ਮੈਂ ਕੱਲ੍ਹ ਸ਼ੁਰੂ ਕਰਾਂਗਾ ਇੱਥੋਂ ਹੀ, ਅਤੇ ਈਦ ਦਾ ਜਿਹੜਾ ਤੀਸਰਾ ਦਿਨ ਹੈ ਉਹ ਇਨਸ਼ਾਅੱਲਾ ਕੰਮ 'ਤੇ ਹੀ ਗੁਜ਼ਰੇਦਾ ਆਪਣੇ, ਅਤੇ ਅੱਲਾ ਪਾਕ ਹੈਰ ਕਰੇ, ਅਤੇ ਮਿਲਾਂਗਾ ਤੁਹਾਨੂੰ ਮੈਂ ਸੁਬਹਾ, ਸਹੀ ਹੋ ਗਿਆ। ਮੈਂ ਤੁਹਾਨੂੰ ਲੋਕੇਸ਼ਨ ਦੀ ਇੱਕ ਵਾਰ ਵੀਡੀਓ ਵਹਾਂਦਾ ਕਿ ਮੈਂ ਕਿੱਥੇ ਆਇਆ, ਮੁੜੇ ਹਰਨ ਮਾਰਨ ਲੱਗੇ ਨੇ ਕਿ ਆ ਜਾ, ਸਹੀ ਹੋ ਗਿਆ।
ਤਾਂ ਜੀ ਗਾਈਜ਼ ਵੈਲਕਮ ਬੈਕ। ਅੱਜ ਈਦ ਦਾ ਤੀਸਰਾ ਦਿਨ ਸ਼ੁਰੂ ਹੋ ਗਿਆ ਅਤੇ ਕੱਲ੍ਹ ਤੁਹਾਨੂੰ ਪਤਾ ਜਿਹੜੀ ਵੀਡੀਓ ਪਿੱਛੇ ਤੁਸੀਂ ਵੇਖਿਆ ਕਿ ਬਿਜ਼ੀ ਬਹੁਤ ਹੋ ਗਏ ਸੀ, ਕਿਤੇ ਗਏ ਸੀ ਅਤੇ ਇਸ ਵਾਸਤੇ ਅੱਜ ਸ਼ੁਰੂ ਕੀਤਾ ਸੀ, ਲੇਕਿਨ ਅੱਜ ਵੀ ਕੰਮ ਆਏ ਜੇ ਕੰਮ 'ਤੇ ਅਤੇ ਬਿਜ਼ੀ ਬਹੁਤ ਹੋਏ ਜੇ ਮਾਰਟ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਯੂ ਮਾਰਟ ਦਾ। ਅਤੇ ਬਾਕੀ ਅੱਜ ਵੀਡੀਓ ਨਹੀਂ ਬਣਨ ਲੱਗੀ ਜ਼ਿਆਦਾ, ਕਿਉਂਕਿ ਵਲੋਗ ਇੱਥੇ ਹੀ ਹੁਣ ਖਤਮ ਕਰਨ ਲੱਗੇ ਹਾਂ ਕਿਉਂਕਿ ਵੀਡੀਓ ਜ਼ਿਆਦਾ ਹੋ ਜਾਣੀ ਹੈ। ਅਤੇ ਉਮੀਦ ਹੈ ਮੈਨੂੰ ਤੁਹਾਨੂੰ ਇਹ ਵਾਲੀ ਵੀਡੀਓ ਅੱਛੀ ਲੱਗੀ ਹੋਵੇ, ਅਤੇ ਜੇ ਸਾਡੀ ਵੀਡੀਓ ਅੱਛੀ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਅੱਗੇ ਦੋਸਤਾਂ ਤੱਕ ਸ਼ੇਅਰ ਕਰੋ ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅਤੇ ਇਨਸ਼ਾਅੱਲਾ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ। ਤਬ ਤੱਕ ਕੇ ਲੀਏ ਅੱਲਾਹ ਹਾਫਿਜ਼।